ਫੁੱਲ ਹੋਣਗੇ ਜਿੰਨਾ ਵੀ ਸਿੱਤ ਤੋਂ ਜਮਾਨਾ ਡਰਦਾ ਬੰਦੇ ਬੁਰਿਆਂ ਤੋਂ ਬੁਰੇ ਉੱਥੇ ਗੁੱਲ ਹੋਣਗੇ। ਵੀਡੀਓ ਵੀ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਤੋਂ ਕੁਝ ਕੁ ਦਿਨ ਪਹਿਲਾਂ ਆਪਾਂ ਨੇ ਇੱਕ ਤੁਹਾਡੇ ਨਾਲ ਗੌਰੀ ਵੀਰ ਦੀ ਵੀਡੀਓ ਸ਼ੇਅਰ ਕੀਤੀ ਸੀ, ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਗੌਰੀ ਵੀਰ ਦੇ 1 ਮਿਲੀਅਨ ਫੋਲੋਵਰ ਕੰਪਲੀਟ ਹੋਣ ਤੋਂ ਬਾਅਦ ਗੌਰੀ ਵੀਰ ਦੀ ਨੇ ਥਾਰ ਦੇ ਬੋਰਨਰ ਤੇ ਬੈਠ ਕੇ ਗੇੜੇ ਦਿੱਤੇ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਸੇ ਟਾਈਮ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਕਿ ਇਹ ਚੀਜ਼ ਗਲਤ ਆ, ਬੋਰਨਰ ਤੇ ਬੈਠ ਕੇ ਇੱਕ ਇਨਫਲੂਐਂਸਰ ਨੂੰ ਇਦਾਂ ਵੀਡੀਓ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਇਸ ਨਾਲ ਗਲਤ ਪ੍ਰਭਾਵ ਪੈਂਦਾ ਤੇ ਲੋਕਾਂ ਨੇ ਕਮੈਂਟ ਬਾਕਸ ਦੇ ਵਿੱਚ ਪੰਜਾਬ ਪੁਲਿਸ ਨੂੰ ਮੈਂਸ਼ਨ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਗੌਰੀ ਵੀਰ ਨੂੰ ਚਾਹੀਦਾ ਸੀਗਾ ਕਿ ਇਹ ਵੀਡੀਓ ਮੈਂ ਡਿਲੀਟ ਕਰ ਦੇਵਾਂ ਕਿਉਂਕਿ ਲੋਕਾਂ ਨੇ ਇਸ ਵੀਡੀਓ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ। ਲੋਕ ਵੀ ਕਿਸੇ ਗੱਲ ਤੋਂ ਹੀ ਇਸ ਨੂੰ ਗਲਤ ਕਹਿੰਦੇ ਹੋਣੇ ਜੇਕਰ ਇਸ ਵੀਡੀਓ ਦੇ ਵਿੱਚ ਕੋਈ ਖਰਾਬੀ ਹੋਣੀ। ਇਹ ਗੱਲ ਦਸੂਆ ਪੁਲਿਸ ਨੇ ਐਕਸ਼ਨ ਲਿਆ ਗਾ ਗੌਰੀ ਵੀਰ ਦੇ ਉੱਪਰ ਤੇ ਉਸਦੀ ਗੱਡੀ ਹੈ ਜਿਹੜੀ ਕਿ ਉਹ ਤਾਂ ਅਰੈਸਟ ਕਰ ਹੀ ਲਈ ਹੈਗੀ। ਬਾਕੀ ਤੁਸੀਂ ਅੱਗੇ ਛੋਟੀ ਜਿਹੀ ਵੀਡੀਓ ਜ਼ਰੂਰ ਦੇਖਿਓ, ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਕਿ ਜੋ ਪੁਲਿਸ ਨੇ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ। ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰ ਦਿਓ। ਦਸੂਆ ਪੁਲਿਸ ਨੂੰ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਗੌਰੀ ਗੱਡੀ ਨਾਮ ਦੀ ਲੜਕੀ ਦੀ ਆਈਡੀ ਤੋਂ ਇੰਸਟਾਗ੍ਰਾਮ ਦੇ ਉੱਪਰ ਬਣੀ ਹੋਈ ਹੈ, ਜੋ ਥਾਰ ਗੱਡੀ ਦੇ ਉੱਪਰ ਬੈਠੀ ਹੈ ਤੇ ਥਾਰ ਗੱਡੀ ਚੱਲ ਰਹੀ ਹੈ। ਦਸੂਆ ਪੁਲਿਸ ਵੱਲੋਂ ਇਸ ਗੱਡੀ ਦਾ ਨੰਬਰ ਟਰੇਸ ਕਰਕੇ ਮੋਟਰ ਵਹੀਕਲ ਐਕਟ ਦੇ ਤਹਿਤ ਇਸ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।